ਹਾਂਜੀ ਦੋਸਤੋ ਅੱਜ ਗੱਲ ਕਰਾਂਗੇ ਆਪਾਂ 911 ਤੇ ਬੈਸਟਾਂ ਦੇ ਲੀਗਾਂਵਾਂ ਦਿੱਤੀਆਂ ਜਾਣੀਆਂ ਨੇ ਇਹ ਕਬੱਡੀ ਕੱਪ ਕਿੱਥੇ ਕਰਵਾਏ ਜਾਣਗੇ ਹਾਂਜੀ ਦੋਸਤੋ ਮੈਂ ਪ੍ਰਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਮਿਸਟਰ ਕਿੰਗ ਤੇ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ نیچے ਆ ਰਿਹਾ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਤੁਸੀਂ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਹਾਂਜੀ ਦੋਸਤੋ ਅੱਜ ਗੱਲ ਕਰਾਂਗੇ ਆਪਾਂ 22 ਸਤੰਬਰ 2023 ਨੂੰ ਕਰਵਾਏ ਜਾਣ ਵਾਲੇ ਵੱਡੇ ਕਬੱਡੀ ਕੱਪ ਇਹ ਕਬੱਡੀ ਕੱਪ 55ਵਾਂ ਸ਼ਾਨਦਾਰ ਕਬੱਡੀ ਕੱਪ ਹੈ ਜੋ ਕਿ ਪਿੰਡ ਪੀਖੀ ਵਿਖੇ ਸਕੂਲ ਦੀ ਗਰਾਊਂ ਕਬੱਡੀ 58 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਦੋ ਖਿਡਾਰੀ ਬਾਰੋ ਖੇਡ ਸਕਦੇ ਨੇ ਪਹਿਲਾ ਇਨਾਮ 5200 ਰੁਪਿਆ ਤੇ ਦੂਸਰਾ ਇਨਾਮ 4400 ਰੁਪਿਆ ਬੈਸਟਾਂ ਦੇ ਲਈ ਦੋ ਦੋ ਕਿਲੋ ਦੇਸੀ kia ਹੋਵੇਗਾ ਤੇ ਨਾਲ ਹੀ ਇਥੇ ਕਬੱਡੀ 75 ਕਿਲੋ ਦੇ ਮੈਚ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਦੋ ਖਿਡਾਰੀ ਬਾਰੋ ਖੇਡ ਸਕਦੇ ਨੇ ਜਿਸ ਦਾ ਪਹਿਲਾ ਇਨਾਮ 18000 ਦੂਸਰਾ ਇਨਾਮ 12000 ਰੁਪਿਆ ਬੈਸਟਾਂ ਦੇ ਲਈ ਕਾਪ ਰੱਖੇ ਗਏ ਹਨ ਤੇ ਨਾਲ ਹੀ ਦੋਸਤੋ ਇਸ ਕਬੱਡੀ ਕੱਪ ਦਾ ਲਾਈਵ ਇੱਕ ਦੋ ਤਿੰਨ ਲਾਈਵ ਦੇ ਆਪਸ਼ਨਲੀ YouTube ਚੈਨਲ ਉੱਤੇ ਲਾਈਵ ਚਲਾਇਆ ਜਾਵੇਗਾ 58 ਕਿਲੋ ਦੀ 100 ਰੁਪਿਆ ਐਂਟਰੀ ਇਹ ਇੱਕ ਸ਼ਾਨਦਾਰ ਕਬੱਡੀ ਟੂਰਨਾਮੈਂਟ ਹੈ ਜੋ ਕਿ ਪਿੰਡ ਖਿਆਲੀਵਾਲਾ ਜ਼ਿਲ੍ਹਾ ਬਠਿੰਡੇ ਵਿੱਚ ਕਰਵਾਇਆ ਜਾਵੇਗਾ ਜੋ ਕਿ ਮਿਤੀ 22 ਸਤੰਬਰ 2023 ਨੂੰ ਜਿੱਥੇ ਕਬੱਡੀ ਇੱਕ ਪਿੰਡ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਤਿੰਨ ਖਿਡਾਰੀ ਬਾਹਰ ਖੇਡ ਸਕਦੇ ਹਨ ਤੇ ਨਾਲ ਹੀ ਜਿਸ ਦਾ ਪਹਿਲਾ ਇਨਾਮ 51000 ਰੁਪਏ ਦੂਸਰਾ ਇਨਾਮ 44000 ਰੁਪਏ ਤੇ ਕਬੱਡੀ ਓਪਨ ਦੇ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਗਾਵਨ ਦਿੱਤੇ ਜਾਣਗੇ ਤੇ ਨਾਲ ਹੀ ਦੋਸਤੋ ਇੱਥੇ 40 ਕਿਲੋ ਦੇ ਮੈਚ ਕਰਵਾਏ ਜਾਣਗੇ ਜਿਨ੍ਹਾਂ ਦਾ ਪਹਿਲਾ ਇਨਾਮ 5100 ਦੂਸਰਾ ਇਨਾਮ 4400 ਬੈਸਟਾਂ ਨੂੰ ਕੱਪ ਦਿੱਤੇ ਜਾਣਗੇ ਤੇ ਇਸ ਕਬੱਡੀ ਕੱਪ ਦਾ ਲਾਈਵ ਕਬੱਡੀ ਜਕਸ਼ਨ ਦੇ ਅਫਸਰ YouTube ਚੈਨਲ ਉੱਤੇ ਲਾਈਵ ਚਲਾਇਆ ਜਾਵੇਗਾ ਤੇ ਨਾਲ ਹੀ ਦੋਸਤੋ ਪਿੰਡ ਖਿਆਲੀ ਵਾਲਾ ਜ਼ਿਲ੍ਹਾ ਬਠਿੰਡੇ ਦੇ ਇਨਾ ਵੀਰਾਂ ਵੱਲੋਂ ਕਬੱਡੀ ਖਿਡਾਰੀ ਸਵਰਨ ਖਿਆਲੀ ਵਾਲੇ ਦਾ ਵਿਸ਼ੇਸ਼ ਮਾਨ 9611 ਡਾਇਰੈਕਟਰ ਨਾਲ ਇਸ ਕਬੱਡੀ ਕੱਪ ਤੇ ਕੀਤਾ ਜਾਵੇਗਾ ਜੋ ਕਿ ਕਬੱਡੀ ਜੈਕਸ਼ਨ ਦੇ ਆਕਸੀਡ YouTube ਚੈਨਲ ਉੱਤੇ ਲਾਈਵ ਚਲਾਇਆ ਜਾਵੇਗਾ। ਹਾਂਜੀ ਦੋਸਤੋ ਜੇ ਤੁਹਾਨੂੰ ਸਾਡੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਚੈਲਦੀ ਵੀਡੀਓ ਨੂੰ ਲਾਈਕ ਕਰਨਾ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਮਿਸਟਰ ਕਿੰਗ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।